ਪੁਲਿਸ ਪ੍ਰਸ਼ਾਸਨ ਮੁਰਦਾਬਾਦ, 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 ਨਗਰ ਕੌਂਸਲ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪਹਿਲਾਂ ਤੋਂ ਕਰਜ਼ੇ ਅਤੇ ਮੌਸਮ ਦੀ ਮਾਰ ਚੱਲ ਰਹੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਖਤਮ ਹੋਣ ਦੀਆਂ ਨਾਮ ਨਹੀਂ ਲੈ ਰਹੀਆਂ। ਇਸ ਸਮੇਂ ਖੜ੍ਹੇ ਹਾਂ ਅਸੀਂ ਪਿੰਡ ਫੂਲ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨਗਰ ਕੌਂਸਲ ਰੂਪਨਗਰ ਅਤੇ ਪੁਲਿਸ ਰੂਪਨਗਰ ਪ੍ਰਸ਼ਾਸਨ ਤੋਂ ਪਰੇਸ਼ਾਨ ਹੋ ਕੇ ਪ੍ਰਸ਼ਾਸਨ ਦੇ ਖਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ। ਕੀ ਪਰੇਸ਼ਾਨੀ ਇਹਨਾਂ ਦੀ, ਗੱਲ ਕਰਦੇ ਇਹਨਾਂ ਦੇ ਨਾਲ ਕਿ ਜਿਹੜੀ ਹੈਗੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਖਿਲਾਫ਼, ਕਿਉਂ ਕੀਤੀ ਜਾ ਰਹੀ ਹੈ? ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਤਰਲੋਚਨ ਸਿੰਘ ਜੀ। ਤਰਲੋਚਨ ਸਿੰਘ ਜੀ, ਅੱਜ ਜਿਹੜੇ ਕਿਸਾਨ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ, ਕੀ ਕਾਰਨ, ਕਿਉਂ ਕਰ ਰਹੇ ਜੀ? ਇਹ ਸਾਡਾ ਜੀ, ਦੇਖੋ ਆਪਣੇ ਰੋਪੜ ਨਗਰ ਕੌਂਸਲ ਦਾ ਪਾਣੀ ਇੱਧਰ ਆ ਰਿਹਾ। ਅਸੀਂ DC ਸਾਹਿਬ ਨੇ ਵੀ ਐਪਲੀਕੇਸ਼ਨ ਦੇ ਰੱਖੀ ਆ, 50-60 ਕਿੱਲੇ ਆ, ਪਹਿਲਾਂ ਜੀਰੀ ਵਾ ਕੇ ਸਾਡੇ ਹੁਣ ਕਣਕ ਵੀ ਨਹੀਂ ਬੀਜ ਹੋਣੀ, ਇਸ ਕਰਕੇ ਅਸੀਂ ਨਾਅਰੇਬਾਜ਼ੀ ਕਰ ਰਹੇ ਹਾਂ। ਜੇਕਰ ਸਾਡਾ ਹੁਣ ਵੀ ਪ੍ਰਸ਼ਾਸਨ ਨੇ ਕੁਝ ਨਾ ਕੀਤਾ, ਅਸੀਂ ਸੜਕਾਂ ਜਾਮ ਕਰਾਂਗੇ, ਧਰਨੇ ਲਾਵਾਂਗੇ। ਇਹ ਕਿੱਦਾਂ ਦਾ ਪਾਣੀ ਕਾਹਦਾ ਆ ਰਿਹਾ ਜਿਹੜਾ ਆ ਰਿਹਾ? ਇਹ ਨਗਰ ਕੌਂਸਲ ਰੋਪੜ ਦਾ ਜੀ, ਗੰਦਾ ਪਾਣੀ ਆ ਰਿਹਾ ਸੀਵਰੇਜ ਦਾ ਜੀ। ਅੱਛਾ, ਇਹਦੇ ਨਾਲ ਬਿਮਾਰੀਆਂ ਬਿਮਾਰੀਆਂ ਵੀ ਲੱਗ ਰਹੀਆਂ ਫੈਲ? ਬਿਮਾਰੀਆਂ ਸਾਡੇ ਜਿਹੜੇ ਅਸੀਂ ਰਹਿੰਦੇ, ਸਾਡੇ ਬਿਮਾਰੀਆਂ ਫੈਲ ਰਹੀਆਂ, ਸਾਡੇ ਦਿਖਾਜ ਹੋਣ ਲੱਗ ਗਈ ਪਿੰਡਾਂ ਵਾਰੀ, ਸਾਡੇ ਸਰੀਰ ਖਰਾਬ ਹੋ ਗਏ ਜੀ। ਕਿੰਨਾ ਕੁ ਨੁਕਸਾਨ ਹੋ ਗਿਆ, ਚੱਲਣਾ ਪੈ ਰਿਹਾ ਇਹਦੇ ਕਰਕੇ? ਚੱਲਣਾ ਸਾਡੇ, ਆਹ ਦੇਖੋ ਜੀ, ਸਾਰੇ 50-60 ਕਿੱਲੇ ਸਾਡੇ ਜੀਰੀ ਮਰ ਗਏ, ਹੁਣ ਸਾਡੇ ਕਣਕ ਦੀ ਬੀਜ ਹੋਣੀ, ਦਲਦਲ ਹੋ ਗਈ ਸਾਰੀ ਜ਼ਮੀਨ ਜੀ। ਤੁਸੀਂ ਕੀ ਕਹਿਣਾ ਚਾਹੁੰਦੇ, ਕੀ ਨਾਮ ਹੈ ਜੀ ਆਪਣਾ? ਮੇਰਾ ਭੀਮ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਮਾਮਲੇ ਨੂੰ? ਅਸੀਂ ਆਹੀ ਕਹਿਣਾ ਚਾਹੁੰਦੇ, ਮੇਰੇ ਕੋਲ ਠੇਕੇ 'ਤੇ ਜ਼ਮੀਨ ਆਈ, ਠੇਕੇ ਵਾਲੇ ਨੇ ਆਪਣਾ ਠੇਕਾ ਲੈ ਲਿਆ, ਸਾਡੀ ਜ਼ਮੀਨ ਦੇ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰੋਪੜ ਨਗਰ ਕੌਂਸਲ ਦਾ। ਅਸੀਂ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ, ਉਹਨਾਂ ਨੇ ਕੋਈ ਇਹਦੇ ਬਾਰੇ ਧਿਆਨ ਨਹੀਂ ਦਿੱਤਾ ਜੀ। ਕਿਉਂ ਨਹੀਂ ਪ੍ਰਸ਼ਾਸਨ ਸੁਣਵਾਈ ਕਰ ਰਿਹਾ ਤੁਹਾਡੀ? ਸੁਣਵਾਈ ਨਹੀਂ ਕਰਦਾ ਜੀ। ਹਾਂਜੀ, ਕੀ ਨਾਮ ਹੈ ਜੀ ਆਪਣਾ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ, ਕੀ ਕਹਿਣਾ ਚਾਹੁੰਦੇ ਹੋ ਕਿ ਪ੍ਰਸ਼ਾਸਨ ਨੂੰ 2 ਮਹੀਨੇ ਦਾ ਸਮਾਂ ਹੋ ਚੁੱਕਿਆ ਦਿੱਤੇ ਹੋਏ, ਕਿੱਦਾਂ ਦੀ ਪਰੇਸ਼ਾਨੀ ਚੱਲਣੀਆਂ ਪੈ ਰਹੀ? ਪ੍ਰਸ਼ਾਸਨ ਸਾਡੇ ਵੱਲ ਧਿਆਨ ਹੀ ਨਹੀਂ ਦੇ ਰਿਹਾ। 2 ਮਹੀਨੇ ਤੋਂ ਅਸੀਂ ਮੰਗ ਦੇ ਰਹੇ ਜੀ, ਮੰਗ ਪੱਤਰ ਦਿੱਤਾ ਹੋਇਆ, ਕੋਈ ਵੀ ਮਤਲਬ ਸਰਕਾਰੀ ਬੰਦਾ ਸਾਡੇ ਤੱਕ ਕੋਈ ਦੇਖਣ ਤੱਕ ਵੀ ਨਹੀਂ ਆਇਆ ਅੱਜ ਤੱਕ ਜੀ। ਕੀ ਮੰਨਦੇ ਹੋ, ਲਾਪਰਵਾਹੀ ਕਿੱਥੇ ਲਾਪਰਵਾਹੀ ਹੈ, ਕਿਉਂ ਨਹੀਂ ਜਿਹੜਾ ਸੁਣਵਾਈ ਹੋ ਰਹੀ? ਲਾਪਰਵਾਹੀ ਸਾਰੀ ਸਰਕਾਰ ਦੀ ਲਾਪਰਵਾਹੀ ਸਾਰੀ ਹੈ। ਜਿਹੜਾ ਮੁਆਵਜ਼ੇ ਜਿਹੜੇ ਹੈਗੇ ਦਿੱਤੇ ਗਏ ਕਿ ਤੁਹਾਡੀ ਜ਼ਮੀਨ, ਤੁਹਾਨੂੰ ਵੀ ਕੋਈ ਗਰਦੌਰੀ ਹੋਈ ਆ, ਕੋਈ ਮੁਆਵਜ਼ਾ ਦਿੱਤਾ ਗਿਆ ਹੜ੍ਹਾਂ ਤੋਂ ਬਾਅਦ? ਕੋਈ ਮੁਆਵਜ਼ਾ ਸਰ ਜੀ ਹਾਲੇ ਕੁਛ ਨਹੀਂ ਮਿਲਿਆ, ਸਿਰਫ ਸਾਨੂੰ ਬੀਜ ਮਿਲਿਆ ਜੀ ਕਣਕ ਦਾ ਹਾਲ ਤੱਕ, ਕੋਈ ਪੈਸਾ ਨਹੀਂ। ਬੀਜ ਜਿਹੜਾ ਸਰਕਾਰ ਵੱਲੋਂ ਮਿਲਿਆ ਜਾਂ ਕੋਈ ਪ੍ਰਾਈਵੇਟ ਸੰਸਥਾ ਵੱਲੋਂ? ਇਹ ਸਰਕਾਰ ਵੱਲੋਂ ਦਿੱਤਾ ਜੀ। ਐਗਰੀਕਲਚਰ ਮਹਿਕਮੇ ਦਾ ਜੀ? ਐਗਰੀਕਲਚਰ ਮਹਿਕਮੇ ਦਾ ਜੀ। ਅੱਛਾ, ਅਤੇ ਮੁਆਵਜ਼ਾ ਵਗੈਰਾ ਜਿਹੜੀ ਕੋਈ ਫਸਲ ਖਰਾਬ ਹੋਈ ਹੈ, ਕੋਈ ਧਾਨ ਉਹਦਾ ਕੋਈ? ਕੋਈ ਕੋਈ ਪੈਸਾ ਨਹੀਂ ਜੀ ਮਿਲਿਆ ਹਾਲ ਤੱਕ, ਕੁਛ ਨਹੀਂ ਮਿਲਿਆ ਜੀ। ਕੋਈ ਗਰਦੌਰੀ ਹੋਈ ਹੈ, ਕੀਤੀ ਗਈ ਤੁਹਾਡੀ? ਗਰਦੌਰੀ ਕਰੀ ਹੋਈ ਹੈ ਜੀ। ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਨੁਕਸਾਨ ਜ਼ਿਆਦਾ ਹੋਇਆ ਜੀ, ਗਰਦੌਰੀਆਂ ਘੱਟ ਹੋਈਆਂ ਜੀ। ਹਾਂਜੀ ਹਾਂਜੀ। ਅਤੇ ਹੁਣ ਜਿਹੜਾ ਪਾਣੀ ਦੀ ਮਾਰ ਨਾਲ ਕਿੱਦਾਂ ਦੀ ਪਰੇਸ਼ਾਨੀ ਆ ਰਹੀ ਹੈ? ਪਾਣੀ ਦੀ ਮਾਰ ਨਾਲ ਸਰ ਜੀ ਜ਼ਿਮੀਂਦਾਰ ਜਿੰਨੇ ਵੀ ਕੰਗਾਲ ਹੋਣ ਤੱਕ ਖੜ੍ਹੇ ਹੋਏ ਜੀ। ਹੁਣ ਪਹਿਲਾਂ ਤਾਂ ਜੀਰੀ ਦੀ ਫਸਲ ਮਰ ਗਈ, ਹੁਣ ਕਣਕ ਵੀ ਬੀਜ ਨਹੀਂ ਹੋ ਰਹੀ, ਪਾਣੀ ਖੜ੍ਹਾ ਜੀ, ਪਾਣੀ ਮਹੀਨੇ ਨੂੰ ਸੁੱਕਣਾ, 2 ਮਹੀਨੇ ਸੁੱਕਣਾ, ਇਹ ਕੋਈ ਪਤਾ ਨਹੀਂ ਹੈ, ਪਾਣੀ ਲਗਾਤਾਰ ਆਈ ਜਾ ਰਿਹਾ ਜੀ ਹਾਲ ਤੱਕ। ਅੱਛਾ, ਅੱਜ ਤੁਸੀਂ ਜਿਹੜੀ ਹੈਗੀ ਨਾਅਰੇਬਾਜ਼ੀ ਕੀਤੀ ਆ, ਅਗਰ ਇਸ ਤੋਂ ਬਾਅਦ ਵੀ ਤੁਹਾਡਾ ਹੱਲ ਨਹੀਂ ਹੁੰਦਾ ਤਾਂ ਅਗਲਾ ਕੀ ਜਿਹੜਾ ਰਸਤਾ ਰਹੇਗਾ ਤੁਹਾਡਾ? ਅਗਲਾ ਸਰ ਜੀ, ਅਸੀਂ ਕਿਸਾਨ ਯੂਨੀਅਨ ਦੇ ਨਾਲ ਮੀਟਿੰਗ ਕਰਕੇ ਆਪਣੇ ਸੜਕ ਵਗੈਰਾ ਜਾਮ ਕਰਾਂਗੇ ਜੀ, ਤਾਂ ਇਹਦਾ ਮਤਲਬ ਹੱਲ ਨਿਕਲੇਗਾ ਜੀ ਕੋਈ ਨਾ ਕੋਈ। ਸੋ ਇਹ ਸੀ ਜਿਹੜਾ ਹੈਗਾ ਫੂਲ ਅਤੇ ਨਾਨੋਵਾਲ ਪਿੰਡ ਦੇ ਕਿਸਾਨ। ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਉਣ ਖੇਤਾਂ ਦੇ ਹਾਲਾਤ ਕੀ ਨੇ। ਇਹ ਕਿਸਾਨਾਂ ਦੇ ਖੇਤ ਨੇ, ਕੋਈ ਟੋਭਾ ਨਹੀਂ ਹੈਗਾ ਇਹ, ਤੁਸੀਂ ਦੇਖ ਸਕਦੇ ਹੋ ਕਿ ਥੋੜ੍ਹਾ ਅੱਗੇ ਆ ਕੇ ਦਿਖਾਓ ਜੀ ਜ਼ਰਾ। ਇਹ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਪੂਰਾ ਜਿਹੜਾ ਟੋਭਾ ਬਣਿਆ ਹੋਇਆ, ਇਹ ਦਲਦਲ ਬਣ ਚੁੱਕੇ ਨੇ ਖੇਤ। ਸੀਵਰੇਜ ਦਾ ਗੰਦਾ ਪਾਣੀ ਜਿਹੜਾ ਰੂਪਨਗਰ ਸ਼ਹਿਰ ਦਾ ਪੂਰਾ ਇੱਥੇ ਸਿੱਟਿਆ ਜਾਂਦਾ ਹੈ। ਹਾਲਾਂਕਿ ਕਿਹਾ ਜਾਂਦਾ ਕਿ ਟ੍ਰੀਟਮੈਂਟ ਜਿਹੜਾ ਪਲਾਂਟ ਦਾ ਪਾਣੀ ਹੈ, ਪਰੰਤੂ ਇਹ ਪਾਣੀ
ਇੰਨਾ ਗੰਦਾ ਹੈ, ਬਦੂ ਆਉਂਦੀ ਹੈ। ਕਿਸਾਨਾਂ ਦਾ ਕਹਿਣਾ ਕਿ ਇਸ ਪਾਣੀ ਦੇ ਕੋਲ ਖੜ੍ਹਨਾ ਵੀ ਬੜਾ ਜਿਹੜਾ ਮੁਸ਼ਕਿਲ ਹੈ। ਫਸਲ ਇਹਦੇ ਵਿੱਚ ਜਿਹੜੀ ਹੈਗੀ, ਅਗਰ ਫਸਲ ਤਾਂ ਪਹਿਲੀ ਗੱਲ ਹੈ, ਇਸ 'ਤੇ ਫਸਲ ਬੀਜੀ ਨਹੀਂ ਜਾ ਸਕਦੀ ਕਿਉਂਕਿ ਦਲ ਦਲ ਬਣੀ ਚੁੱਕੀ ਆ। ਫਸਲ ਬੀਜਣ ਦੇ ਲਈ ਜਿਹੜੀ ਧਰਤੀ ਸੁੱਕੀ ਹੋਣੀ ਜ਼ਰੂਰੀ ਹੈ। ਪਰੰਤੂ ਅਗਰ ਮੰਨ ਲਓ ਬੀਜ ਫਸਲ ਬੀਜੀ ਵੀ ਜਾਂਦੀ ਆ ਤਾਂ ਇਹ ਇੰਨਾ ਗੰਦਾ ਪਾਣੀ ਹੈ, ਜਿਹੜੇ ਫਸਲ ਇਸ ਗੰਦੇ ਪਾਣੀ ਦੇ ਨਾਲ ਤਿਆਰ ਹੋਵੇਗੀ ਉਹ ਵੀ ਕਿਤੇ ਨਾ ਕਿਤੇ ਬਿਮਾਰੀਆਂ ਜਿਹੜੀਆਂ ਹੈਗੀਆਂ ਲੱਗੇਗੀਆਂ, ਕਿਉਂਕਿ ਜੋ ਵੀ ਉਹ ਫਸਲ ਨੂੰ ਖਾਏਗਾ ਜਾਂ ਕੋਈ ਵੀ ਜਿਹੜਾ ਹੈਗਾ ਉਹ ਬਿਮਾਰੀਆਂ ਦਾ ਹੀ ਜਿਹੜਾ ਹੈਗਾ ਸ਼ਿਕਾਰ ਹੋਵੇਗਾ। ਅਤੇ ਅਗਰ ਪ੍ਰਸ਼ਾਸਨ ਕਿਸਾਨਾਂ ਦੀ ਸਾਰ ਨਹੀਂ ਲੈਂਦਾ, ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈਂਦੀ, ਤਾਂ ਸਰਕਾਰ ਕਿਸਾਨਾਂ ਦਾ ਕਹਿਣਾ ਕਿ ਉਹ ਸੰਘਰਸ਼ ਦੇ ਰਾਹ 'ਤੇ ਜਾਣਗੇ, ਸੜਕਾਂ ਜਾਮ ਕਰਨਗੇ ਜਿਹੜੇ ਹੈਗੇ ਆ, ਕਿਉਂਕਿ ਇਸ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਰੂਪਨਗਰ ਕੈਮਰਾਮੈਨ ਆਕਾਸ਼ ਦੇ ਨਾਲ ਸੱਜਣ ਸੈਣੀ, ਜਗਬਣੀ ਟੀਵੀ।